ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਜਦੋਂ ਕਿਸੇ ਨਾਲ ਪਿਆਰ ਹੋ ਜਾਂਦਾ ਨਾ ਤਾਂ ਬੰਦਾ ਉਹਦੇ ਬਿਨਾ ਉਹ ਰਹਿ ਨਹੀਂ ਸਕਦਾ ਹਨਾ ਇਹ ਗੱਲ ਤਾਂ ਤੁਹਾਨੂੰ ਵੀ ਪਤਾ ਹੈ ਵੀ ਜੇ ਦਿਲੋਂ ਮੁਹੱਬਤ ਹੋ ਜੇ ਨਾ ਤਾਂ ਫਿਰ ਆਪਾਂ ਨੂੰ ਚਾਹੇ ਕਿੰਨਾ ਵੀ ਐ ਮੀਂਹ ਆਂ ਨੇਰੀ ਐ ਕੁਝ ਵੀ ਐ ਗਰਮੀ ਐ ਸਰਦੀ ਆਪਾਂ ਉਹਨੂੰ ਯਾਦ ਜ਼ਰੂਰ ਕਰਦੇ ਆਂ ਕੋਸ਼ਿਸ਼ ਹੁੰਦੀ ਆਪਾਂ ਮਿਲਦੇ ਵੀ ਆਂ ਗੱਲਾਂ ਬਾਤਾਂ ਵੀ ਕਰਦੇ ਆਂ ਯਾਦ ਵੀ ਕਰਦੇ ਆਂ ਫੋਨ ਵੀ ਕਰਦੇ ਆਂ ਤੇ ਆਪਾਂ ਨੂੰ ਇਹ ਰਹਿੰਦਾ ਵੀ ਕਿਤੇ ਮਤਲਬ ਉਹ ਕਿਵੇਂ ਐ ਕਿਸ ਹਾਲਾਤ ਦੇ ਵਿੱਚ ਐ ਹਨਾ ਤੇ ਅੱਛਾ ਇੱਕ ਚੀਜ਼ ਹੋਰ ਆ ਵੀ ਜੇ ਦਿਲੋਂ ਹੋ ਗਿਆ ਤਾਂ ਟੁੱਟਦਾ ਨਹੀਂ ਹੁੰਦਾ ਚਾਹ ਬੰਦਾ ਜਿੰਨਾ ਮਰਜੀ ਦੂਰ ਚਲਿਆ ਜਾਵੇ ਰਹਿਣ ਲੱਗ ਜੇ ਕਿਤੇ ਜਿੰਨੇ ਮਰਜੀ ਦੂਰ ਹੋਵੇ ਕਿੰਨੇ ਕਿਲੋਮੀਟਰ ਹੋਵੇ ਉਹ ਪਿਆਰ ਉਦਾਂ ਹੀ ਬਣਿਆ ਰਹਿੰਦਾ ਹੈ ਉਹੀ ਪਿਆਰ ਮੈਨੂੰ ਤੁਹਾਡੇ ਨਾਲ ਹੋਇਆ ਪਿਆ ਜਿੰਨੇ ਵੀ ਮੇਰੇ ਫੋਲੋਅਰ ਨੇ ਜਿੰਨੇ ਵੀ ਮੇਰੇ ਚਾਹਣ ਵਾਲੇ ਨੇ ਜਿੰਨੇ ਵੀ ਮੇਰੇ ਨਾਲ ਆਡੀਅנס ਜੁੜੇ ਹੋਏ ਆ ਮੈਨੂੰ ਸਾਰਿਆਂ ਨਾਲ ਬਹੁਤ ਜ਼ਿਆਦਾ ਮੁਹੱਬਤ ਹੈ ਤੁਹਾਡੇ ਕਰਕੇ ਮੈਂ ਰੋਜ਼ ਨਵੀਂ ਤੋਂ ਨਵੀਂ ਚੀਜ਼ ਲੈ ਕੇ ਆਉਣੀ ਹੈ ਵੀ ਮੇਰਾ ਚਾਉਣ ਵਾਲਾ ਮੇਰਾ ਫੋਲੋਅਰਸ ਕੋਈ ਕਿਸੇ ਵਿਪਤਾ ਚ ਨਾ ਹੋਵੇ ਕਿਸੇ ਵਿਯਾਦੀ ਚ ਨਾ ਹੋਵੇ ਉਹ ਘਰੇ ਬੈਠਾ ਆਪਦਾ ਇਲਾਜ ਕਰ ਸਕੇ ਮੈਂ ਤੁਹਾਡੇ ਖਾਤਰ ਘਰੇਲੂ ਨੁਸਖੇ ਲੈ ਕੇ ਆਉਣੀ ਹੈ ਤੇ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਇਹ ਰਹਿੰਦਾ ਵੀ ਮੈਂ ਲਾਈਵ ਵੀ ਹੋਵਾਂ ਤੁਹਾਡੀ ਖਾਤਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂ ਤੁਹਾਡੀਆਂ ਮੁਸ਼ਕਲਾਂ ਸੁਣਾ ਹਨਾ ਬਾਕੀ ਦੇਖੋ ਕਰਨ ਵਾਲਾ ਤਾਂ ਰੱਬ ਹੁੰਦਾ ਬੰਦਾ ਕੌਣ ਹੁੰਦਾ ਕਰਨ ਵਾਲਾ ਕੁਝ ਵੀ ਨਹੀਂ ਹੁੰਦਾ ਬਸ ਇੱਕ ਆਪਣੇ ਨਾ ਬਣੇ ਹੋਏ ਨੇ ਵੀ ਆਪਾਂ ਇੱਕ ਦੂਜੇ ਦਾ ਸਹਾਰਾ ਬਣੇ ਹੋਏ ਆਂ। ਬਈ ਮੈਨੂੰ ਤਾਂ ਬਹੁਤ ਪਿਆਰ ਆਉਂਦਾ ਤੁਹਾਨੂੰ ਕਿਹਨੂੰ ਕਿਹਨੂੰ ਮੇਰਾ ਬਹੁਤ ਜ਼ਿਆਦਾ ਪਿਆਰ ਆਉਂਦਾ ਹੈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਪਲੀਜ਼ ਦੱਸਣਾ ਜ਼ਰੂਰ ਵੀ ਤੁਸੀਂ ਕਿਹੜੀ ਜਗ੍ਹਾ ਤੇੋਂ ਤਾਂ ਤੇ ਕਿੱਥੋਂ ਤੁਸੀਂ ਮੈਨੂੰ ਮਤਲਬ ਦੇਖੀ ਜਾਂਦੇ ਹੋ ਤੇ ਤੁਸੀਂ ਮੈਨੂੰ ਚਾਹੁੰਦੇ ਹੋ ਤੇ ਕਿਹਨੂੰ ਮੇਰਾ ਪਿਆਰ ਆਉਂਦਾ ਕੌਣ-ਕੌਣ ਮੇਰੀ ਵੀਡੀਓ ਉਡੀਕ ਰਿਹਾ ਹੁੰਦਾ। ਆਪਾਂ 7 ਵਜੇ ਵੀਡੀਓ ਡੇਲੀ ਆ ਅਪਲੋਡ ਕਰੀਦੀ ਐ ਪਰ ਮੇਰੀ ਵਿਚਾਰ ਹੁਣ ਇਹ ਆ ਵੀ 7 ਵਜੇ ਲੋਕਾਂ ਨੂੰ ਠੰਡ ਹੁੰਦੀ ਐ ਤੇ ਠੰਡ ਦੇ ਵਿੱਚ ਵਿਸਤਰੇ 'ਚ ਬੈਠੇ ਹੁੰਦੇ ਤੇ ਜੇ ਲੋਟ ਲੱਗਿਆ ਤਾਂ ਆਪਾਂ ਫਿਰ 8:00 ਵਜੇ ਕਰਿਆ ਕਰਾਂਗੇ ਹਨਾ ਘਰੇਲੂ ਨੁਸਖਿਆਂ ਤੇ ਰੋਜ਼ ਮੈਂ ਵੀਡੀਓ ਪਾਉਣੀ ਐ ਜਾਂ ਤੁਹਾਨੂੰ ਕੋਈ ਦਵਾਈ ਵਗਾਰਾ ਬਾਰੇ ਦੱਸਦੀ ਐ ਮੇਰਾ ਇਰਾਦਾ ਇਹੀ ਹੁੰਦਾ ਮੇਰੀ ਸੋਚ ਐ ਜਿਹੜੀ ਉਹ ਹੀ ਰਹਿੰਦੀ ਐ ਵੀ ਮੈਂ ਤੁਹਾਨੂੰ ਉਹੋ ਜੀ ਚੀਜ਼ ਦੱਸਾਂ ਜਿਹੜੀ ਕੀ ਘਰੇ ਬੈਠੇ ਤੁਸੀਂ ਬਣਾ ਸਕੋ ਘਰੇ ਚੀਜ਼ਾਂ ਤੁਸੀਂ ਆਪਦੀਆਂ ਵਧੀਆ ਆਪਦੀਆਂ ਵਰਤ ਸਕੋ ਘਰੇ ਰਸੋਈ ਦੇ ਵਿੱਚ ਹੀ ਚੀਜ਼ਾਂ ਪਈਆਂ ਹੁੰਦੀਆਂ ਜਿਹੜੀਆਂ ਕੀ ਆਪਾਂ ਉਹਨਾਂ ਨਾਲ ਆਪਦੀਆਂ ਬਿਮਾਰੀਆਂ ਦੂਰ ਕਰ ਸਕੀਏ ਬਜ਼ੁਰਗ ਐ ਬੱਚੇ ਐ ਮੇਰੇ ਵੀਰ ਐ ਮੇਰੀਆਂ ਭੈਣਾਂ ਨੇ ਮੇਰੇ ਸਾਰੇ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਐ ਮੇਰੇ ਸੋਚ ਇਹ ਹੀ ਰਹਿੰਦੇ ਵੀ ਚੰਗੀਆਂ ਤਾਕਤ ਵਾਲੀਆਂ ਚੀਜ਼ਾਂ ਖਾਓ ਚੰਗੀਆਂ ਚੀਜ਼ਾਂ ਬਣਾ ਕੇ ਖਾਓ ਤੁਸੀਂ ਆਪਦੇ ਰੋਗਾਂ ਨੂੰ ਦੂਰ ਕਰੋ ਆ ਠੰਡ ਦੇ 2 ਮਹੀਨੇ ਐ ਇਹਦੇ ਵਿੱਚ ਤੁਸੀਂ ਵਧੀਆ ਚੀਜ਼ਾਂ ਬਣਾ ਕੇ ਵਧੀਆ ਤੁਸੀਂ ਖਾ ਸਕਦੇ ਹੋ ਹਨ ਅੱਜ ਮੇਰੇ ਜੀ ਕੀਤਾ ਮੈਂ ਕਿਹਾ ਵੀ ਗੱਲਾਂ ਤਾਂ ਬਹੁਤ ਹੁੰਦੀਆਂ ਨੇ ਪਰ ਅੱਜ ਮੈਂ ਮੇਰੇ ਫੋਲੋਅਰਸ ਨੂੰ ਦੱਸਾਂ ਪੁੱਛਾਂ ਦੱਸਾਂ ਨਹੀਂ ਪੁੱਛਾਂ ਵੀ ਤੁਸੀਂ ਮੈਨੂੰ ਕੌਣ-ਕੌਣ ਬਹੁਤ ਜ਼ਿਆਦਾ ਚਾਹੁੰਨੇ ਹੋ ਕੌਣ-ਕੌਣ ਮੈਨੂੰ ਪਿਆਰ ਕਰਦਾ ਹੈ ਕੌਣ-ਕੌਣ ਮੇਰੀ ਵੀਡੀਓ ਨੂੰ ਡੀਕਦਾ ਹੈ ਹਨਾ ਤੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰਨੀਆਂ ਹੁੰਦੀਆਂ ਇੱਕ ਅੱਧੀ ਵੀਡੀਓ ਮੈਂ ਜ਼ਰੂਰ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਹੁੰਨੀ ਹੈ ਕਿਉਂਕਿ ਆਇ ਰਹਿੰਦਾ ਹੈ ਵੀ ਚਲੋ ਆਪਣੇ ਹੈਗੇ ਆਪਣਿਆਂ ਨਾਲ ਗੱਲਾਂ ਕਰਦੇ ਆਪਾਂ ਆਪਣਾ ਉਹੀ ਹੁੰਦਾ ਜੋ ਦੁੱਖ ਸੁੱਖ ਵੀ ਸੁਣੇ ਤੇ ਹੱਸੇ ਖੇਡੇ ਵੀ ਨਾਲ ਤੇ ਦੁੱਖ ਸੁੱਖ ਵੀ ਤੇ ਭੀੜ-ਪੜੱਕੇ ਦੇ ਵਿੱਚ ਵੀ ਨਾਲ ਰਵੇ ਹਨਾ ਆਪਣਾ ਉਹੀ ਹੁੰਦਾ ਤੇ ਮੈਨੂੰ ਬਹੁਤ ਪਿਆਰ ਆ ਤੁਹਾਡੇ ਨਾਲ ਤੁਸੀਂ ਮੈਨੂੰ ਇਸ ਵੀਡੀਓ ਦੇ ਵਿੱਚ ਦੱਸਣਾ ਵੀ ਜ਼ਰੂਰ ਤੇ ਮੇਰੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਕਿਉਂਕਿ ਜੇ ਜਿਨ੍ਹਾਂ ਕੋਲੇ ਨਹੀਂ ਪਹੁੰਚੀ ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਉਹ ਵੀ ਮੈਨੂੰ ਜ਼ਰੂਰ ਉਹ ਵੇਖ ਕੇ ਵੀਡੀਓ ਕਮੈਂਟ ਕਰਨਗੇ ਵੀ ਕੌਣ-ਕੌਣ ਮੇਰੇ ਨਾਲ ਜੁੜਿਆ ਹੈ ਪੇਜ ਨੂੰ ਫੋਲੋ ਕਰਕੇ ਰੱਖੋ ਵੱਧ ਤੋਂ ਵੱਧ ਅੱਗੇ ਵੀ ਫੋਲੋ ਕਰਵਾਇਆ ਕਰੋ ਤੁਸੀਂ ਕਹਿ ਕੇ ਤਾਂ ਕਿ ਸਿਹਤ ਸੰਬੰਧੀ ਜਾਣਕਾਰੀ ਸਭ ਨੂੰ ਮਿਲਦੀ ਰਹੇ ਅੱਜ ਅਰਜ ਸੋਈ ਚ ਖੜੀ ਸੀ ਮੂਡ ਜਾ ਬਣਿਆ ਮੈਂ ਕਿਹਾ ਚਲੋ ਅੱਜ ਬਰਮੀ ਸੇਲ ਬਣਾਉਣੀ ਹੈ ਸਵੇਰੇ ਸਵੇਰੇ ਨਾਸ਼ਤੇ ਦੇ ਵਿੱਚ ਉਹਦੇ ਵਿੱਚ ਆਪਾਂ ਵਰਮੀਸਲ ਪਾ ਲਈ ਨੂਨ ਮਿਰਚ ਪਾ ਲਿਆ ਸਾਦਾ ਸਾਦਾ ਜਿਹਾ ਆਪਾਂ ਭੋਜਨ ਬਣਾ ਲਈਦਾ ਹੈਗਾ ਤੇ ਖਾ ਲਈਦਾ ਭਾਈ ਵਰਮੀਸਲ ਪਾ ਲਈ ਥੋੜੇ ਜਿਹਾ ਕਾਜੂ ਪੇਸੋ ਪਾਲੇ ਦਾ ਖਾਂ ਪਈਆਂ ਸੀ ਉਹ ਪਾਲੀਆਂ ਪਿਆਜ਼ ਪਾਲੇ ਟਮਾਟਰ ਪਾਲੇ ਤੇਜ ਪੱਤਾ ਪਾ ਲਿਆ ਹਾਜਮਾ ਹੋਜਮਾ ਠੀਕ ਰੱਖਦਾ ਧਨੀਆ ਪਾ ਲਿਆ ਹਨਾ ਮਾੜਾ ਮੋਟਾ ਨਮਕ ਮਿਰਚ ਜਆ ਪਾ ਲਿਆ ਬਸ ਆਪਾਂ ਇਹ ਤਿਆਰ ਕਰ ਲਿਆ ਬੈਗੇ ਖਾਣ ਵਾਸਤੇ ਤੇ ਤੁਹਾਨੂੰ ਮੇਰੀ ਵੀਡੀਓ ਭਾਈ ਕਿਵੇਂ ਚੰਗੀ ਲੱਗੀ ਦੱਸਿਓ ਜਰੂਰ ਪਿੰਡ ਦਾ ਨਾਮ ਆਤਾ ਪਤਾ ਜਰੂਰ ਦੱਸਿਆ ਕਰੋ ਤੇ ਮੈਨੂੰ ਪਤਾ ਲੱਗ ਜੇ ਵੀ ਮੇਰੇ ਨਾਲ ਕੋਣ ਵੀਰ ਭੈਣ ਜੁੜਿਆ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਧੰਨਵਾਦ ਕਮੈਂਟ ਦੀ ਉਡੀਕ ਚਾਹ ਜੀ ਮੈਂ